ਨਵਾਂਸ਼ਹਿਰ ਦੇ ਬਲਾਚੌਰ ਬਲਾਕ ਅਧੀਨ ਪੈਂਦੇ ਪਿੰਡ ਮਹਿਤਪੁਰ ਲਦਨੀ ਦਾ ਨੌਜਵਾਨ ਕੁਲਵੀਰ ਸਿੰਘ ਅੱਜ ਦੇ ਯੁੱਗ ਵਿੱਚ ਫੋਕੇ ਦਿਖਾਵੇ ਲਈ ਜੋ ਆਪਣੀ ਸਮਰੱਥਾ ਤੋਂ ਵੱਧ ਲੱਖਾਂ ਰੁਪਏ ਖਰਚ ਕੇ ਆਪਣੇ ਆਪ ਨੂੰ ਕਰਜ਼ੇ ਵਿੱਚ ਡੁੱਬਣ ਵਾਲੇ ਲੋਕਾਂ ਲਈ ਇੱਕ ਵੱਖਰੀ ਮਿਸਾਲ ਬਣਿਆ, ਜਿਸ ਨੇ ਆਪਣੇ ਵਿਆਹ ਨੂੰ ਸਾਦੇ ਢੰਗ ਨਾਲ ਕਰਕੇ ਇੱਕ ਵੱਖਰੀ ਪਿਰਤ ਪਾਈ। ਕੁਲਵੀਰ ਸਿੰਘ ਆਪਣੇ ਪਿੰਡ ਤੋਂ ਸਿਰਫ 4 ਬਰਾਤੀਆਂ ਨਾਲ, ਜਿਨ੍ਹਾਂ ਵਿੱਚ ਉਸਦੇ ਮਾਤਾ ਪਿਤਾ ਤੇ ਚਾਚਾ ਚਾਚੀ ਹੀ ਸ਼ਾਮਲ ਸੀ, ਉਹਨਾਂ ਨਾਲ ਲੈ ਕੇ ਅਤੇ ਆਪਣੇ ਬੁਲਟ ਮੋਟਰਸਾਈਕਲ ਉੱਤੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਝੰਡਾ ਲਗਾ ਕੇ ਬੰਗਾ ਸ਼ਹਿਰ ਵਿੱਚ ਆਪਣੀ ਲਾੜੀ ਸਤਵਿੰਦਰ ਕੌਰ ਨੂੰ ਵਿਆਹਣ ਲਈ ਆਇਆ। ਸਾਦੇ ਢੰਗ ਨਾਲ ਸਾਰੀਆਂ ਰਸਮਾਂ ਨਿਭਾਉਣ ਤੋਂ ਬਾਅਦ ਆਪਣੀ ਦੁਲਹਨ ਨੂੰ ਮੋਟਰਸਾਈਕਲ ਉੱਤੇ ਬਿਠਾ ਕੇ ਆਪਣੇ ਪਿੰਡ ਨੂੰ ਰਵਾਨਾ ਹੋਇਆ। ਇਸ ਮੌਕੇ ਵਿਆਹਦਾ ਲਾੜਾ ਲਾੜੀ ਨੇ ਜਿੱਥੇ ਸਾਦੇ ਵਿਆਹ ਵਿੱਚ ਵਾਧੂ ਖਰਚਿਆਂ ਤੋਂ ਲੋਕਾਂ ਨੂੰ ਅਪੀਲ ਵੀ ਕੀਤੀ, ਉੱਥੇ ਉਹਨਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਦੇਖਦਿਆਂ ਉਹਨਾਂ ਨੇ ਸੰਕਲਪ ਲਿਆ ਸੀ ਕਿ ਉਹ ਸਿਰਫ ਸਾਦਾ ਵਿਆਹ ਹੀ ਕਰਨਗੇ। ਇਸ ਮੌਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਪੁੱਤਰ ਅਤੇ ਨੌਂਹ ਦੇ ਉਪਰਾਲੇ ਦੀ ਜਿੱਥੇ ਤਾਰੀਫ ਕੀਤੀ, ਉੱਥੇ ਉਹਨਾਂ ਨੇ ਕੋਰੋਨਾ ਮਹਾਮਾਰੀ ਤੋਂ ਖੁਦ ਹੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਕੇ ਇਸ ਬਿਮਾਰੀ ਤੋਂ ਬਚਾਅ ਕਰਨ ਦੀ ਸਲਾਹ ਵੀ ਦਿੱਤੀ। ਦੂਜਾ, ਉਹਨਾਂ ਨੇ ਦਿੱਲੀ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਅੰਦੋਲਨ ਵਿੱਚ ਲੋਕਾਂ ਨੂੰ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਵੀ ਕੀਤੀ ਹੈ। ਸਤਵਿੰਦਰ ਕੌਰ, ਮੈਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੀਦੀ ਹਾਂ, ਸਾਨੂੰ ਸਿੰਪਲ ਤਰੀਕੇ ਨਾਲ ਵਿਆਹ ਕਰਨਾ ਚਾਹੀਦਾ ਆ। ਸੋ ਸਾਰਿਆਂ ਨੂੰ ਇਹੀ ਆ ਵੀ ਘੱਟ ਖਰਚਾ ਕਰੋ। ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਆ। ਹਾਂਜੀ, ਪਿੰਡ ਮਹਿਤਪੁਰ ਲਦਨੀ ਤੋਂ ਜੀ ਆਪਾਂ ਵਿਆਹ ਆਏ ਬੰਗਾ ਦੇ ਗਏ। ਨਾਮ ਮੇਰਾ ਕੁਲਵੀਰ ਸਿੰਘ ਜੀ। ਕਿੱਦਾਂ ਮਹਿਸੂਸ ਹੋ ਰਿਹਾ? ਬਸ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ। ਕੀ ਤਮੰਨਾ ਸੀ ਤੁਹਾਡੇ? ਬਸ ਇਹੀ ਤਮੰਨਾ ਸੀ ਕਿ ਆਪਾਂ ਗੱਡੀਆਂ ਤੋਂ ਵੱਧ ਖਰਚਾ ਨਹੀਂ ਕਰਨਾ, ਆਪਣੇ ਮੋਟਰਸਾਈਕਲ ਤੇ ਆਪਾਂ ਵਿਆਹ ਕੇ ਲੈ ਕੇ ਜਾਣਾ ਜੀ। ਬਸ ਇਹੀ ਸ਼ੌਂਕ ਸੀ ਮੇਰਾ। ਇਹੀ ਕਹਿੰਦਾ ਕਿ ਆਪਣਾ ਸਾਦੇ ਢੰਗ ਨਾਲ ਤੁਸੀਂ ਵਿਆਹ ਕਰਨਾ ਜੀ, ਮੈਰਿਜ ਕਰਨੀ ਆ ਤੇ ਖਰਚਿਆਂ ਤੋਂ ਬਚੋ ਬਸ। ਅੱਜ ਦੇ ਸਮੇਂ 'ਚ ਤਾਂ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਹਰ ਇੱਕ ਨੂੰ ਜੀ, ਜਦੋਂ ਵੀ ਇੱਦਾਂ ਕੋਈ ਵਿਆਹ ਕਰਦਾ ਕੋਈ ਜ਼ਿਆਦਾ ਕਠਮੱਠ ਨਹੀਂ ਕਰਨਾ ਚਾਹੀਦਾ ਅਤੇ ਕਿਸਾਨਾਂ ਦੇ ਨਾਲ ਜਾ ਕੇ ਧਰਨੇ ਦੇ ਸਾਥ ਦੇਣਾ ਚਾਹੀਦਾ, ਆਪਣਾ ਬਚਾਅ ਕਰਨਾ ਚਾਹੀਦਾ, ਇਹੋ ਜਿਹੇ ਮਹਾਂਮਾਰੀ 'ਚ ਬੰਦਾ ਬਚਾਅ ਰੱਖੇ। ਅੱਜ ਤੁਹਾਡਾ ਲੜਕਾ ਵਧੀਆ ਮਹਿਸੂਸ ਕਰ ਰਹੇ ਹਾਂ ਜੀ, ਬਹੁਤ ਖੁਸ਼ੀ ਦੀ ਗੱਲ ਹੈ ਕਿ ਮੁੰਡਾ ਬਹੂ ਦੋਨੋਂ ਮੋਟਰਸਾਈਕਲ 'ਤੇ ਅੱਜ। ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਤਾਂ ਹਰ ਇੱਕ ਨੂੰ ਇਹੀ ਕਹੂੰਗਾ ਜੀ ਵੀ ਇਹੋ ਜਿਹਾ ਸਾਦਾ ਵਿਆਹ ਕਰਨ, ਖਰਚੇ ਤੋਂ ਬਚਣ ਔਰ ਦੂਜਿਆਂ ਨੂੰ ਬਚਾਉਣ। ਬਹੁਤ ਵਧੀਆ ਇਹ ਮੈਸੇਜ ਹੈ ਲੋਕਾਂ ਲਈ। ਮੇਰਾ ਨਾਮ ਕੁਲਦੀਪ ਸਿੰਘ ਹੈ ਜੀ, ਅਸੀਂ ਪਿੰਡ ਮਹਿਤਪੁਰ ਲੱਦਣੀ ਤੋਂ ਆਏ ਹਾਂ ਅਤੇ ਇਹ ਮੇਰਾ ਭਤੀਜਾ ਹੈ, ਉਹਦਾ ਮੈਰਿਜ ਇੱਥੇ ਬੰਗਾ ਸ਼ਹਿਰ 'ਚ ਹੋਈ ਹੈ ਜੀ। ਸਾਦਾ ਵਿਆਹ ਕੀਤਾ ਅਸੀਂ, ਕੋਈ ਬਰਾਤ ਨਹੀਂ, ਕਿਸੇ ਦਾ ਖਰਚਾ ਨਹੀਂ ਕਰਾਇਆ ਅਤੇ ਸਾਦਾ ਵਿਆਹ ਕਰਨਾ ਚਾਹੀਦਾ, ਐਵੇਂ ਫਾਲਤੂ ਖਰਚੇ ਕਰਨੇ ਨਹੀਂ ਚਾਹੀਦੇ। ਅਸੀਂ 5 ਜਣੇ ਆਏ ਹਾਂ।